ਤੁਹਾਡਾ ਪਹਿਲਾ ਪੁਆਇੰਟ ਆ ਆਪਣਾ ਜਿਹੜਾ ਖੱਬਾ ਹੱਥ ਆ ਇਹਦੇ ਤੁਸੀਂ ਆਹ ਦੇਖੋ ਮੈਂ ਇੱਥੇ ਮਾਰਕ ਕੀਤਾ ਹੋਇਆ ਆ ਇਸ ਚੀਜ਼ ਨੂੰ ਧਿਆਨ ਨਾਲ ਵੇਖੋ ਇੱਥੇ ਪੁਆਇੰਟ ਜੋ ਆਪਣਾ ਹੈ ਹਾਈ ਬੀ ਪੀ ਦਾ ਹੈ ਇਹਨੂੰ ਦਬਾਓ ਜ਼ੋਰ ਜ਼ੋਰ ਨਾਲ ਦਬਾਓ ਇੱਕ ਗਹਿਰਾ ਆਪਾਂ ਦਬਾਵ ਦੇਣਾ ਆ ਤਾਂ ਜੋ ਆਪਣੇ ਪੇਨ ਹੋਵੇ ਅਤੇ ਜੇ ਤੁਹਾਨੂੰ ਹਾਈ ਬੀ ਪੀ ਦੀ ਪ੍ਰੋਬਲਮ ਹੈ ਤਾਂ ਇੱਥੇ ਵਾਕੇ ਹੀ ਤੁਹਾਨੂੰ ਪੇਨ ਹੋਵੇਗੀ ਅਤੇ ਇਹ ਪੇਨ ਹਮੇਸ਼ਾ ਨਹੀਂ ਰਹਿਣੀ ਤੁਸੀਂ 3 ਜਾਂ 4 ਦਿਨ ਦਬਾਓ ਚੌਥੇ ਦਿਨ ਤੁਹਾਡੀ ਪੇਨ ਗਾਇਬ ਹੋ ਜਾਵੇਗੀ ਅਤੇ ਜਦੋਂ ਵੀ ਤੁਹਾਡਾ ਬੀ ਪੀ ਵਧੇਗਾ ਤੁਸੀਂ ਇਹਨੂੰ ਦਬਾਓਗੇ ਬੀ ਪੀ ਤੁਹਾਡਾ 1-2 ਮਿੰਟਾਂ ਦੇ ਵਿੱਚ ਵਿੱਚ ਥੱਲੇ ਚਲੇ ਜਾਣਾ।